ਸਾਰਿਆਂ ਨੂੰ ਪਿਆਰ ਭਈ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਪਰ ਸਵਾਗਤ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਨੰਦਪੁਰ ਸਾਹਿਬ ਦੇ ਕੋਲ ਬਣੀ ਦਰਗਾਹ ਜੋ ਕਿ ਪੀਰ ਬਾਬਾ ਬੁੱਢਨ ਸ਼ਾਹ ਜੀ ਦੀ ਹੈ ਉਸਦੇ ਦਰਸ਼ਨ ਕਰਾਂਗੇ। ਪੀਰ ਬਾਬਾ ਬੁੱਢਨ ਸ਼ਾਹ ਜੀ ਦੀ ਉਮਰ 671 ਸਾਲ ਸੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ 121 ਸਾਲ ਛੇਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੰਤਜ਼ਾਰ ਕਿਉਂ ਕੀਤਾ ਸੀ, ਕਿਉਂ ਉਹਨਾਂ ਨੂੰ ਉਡੀਕਿਆ ਸੀ, ਇਸ ਸਾਰੇ ਬਾਰੇ ਆਪਾਂ ਜਾਣਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ। ਆਓ ਚੱਲੀਏ ਜੀ, ਦਰਗਾਹ ਦੇ ਦਰਸ਼ਨ ਕਰੀਏ ਜੀ। ਜਿਹੜਾ ਆਪਾਂ ਆਹ ਰੋਡ ਦੇਖਿਆ ਸੀਗਾ, ਇਹ ਗੱਡੀ ਲੈ ਕੇ ਆਪਾਂ ਉੱਤੇ ਜਾ ਸਕਦੇ ਹਾਂ, ਜਾਣੀ ਗੱਡੀ ਵਗੈਰਾ ਅੱਗੇ ਪਾਰਕਿੰਗ ਹੋ ਜਾਂਦੀ ਆ। ਇਸ ਜਗ੍ਹਾ ਕਰਨੀ ਹੋਵੇ ਇਸ ਜਗ੍ਹਾ ਵੀ ਹੋ ਜਾਂਦੀ ਆ, ਅੱਗੇ ਕਰਨੀ ਹੋਵੇ ਅੱਗੇ ਵੀ ਹੋ ਜਾਂਦੀ ਆ ਜੀ। ਇਹ ਆ ਜੀ ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ। ਉਹਨੂੰ ਇਹ ਪੈਦਲ ਰਸਤਾ ਜਾਂਦਾ ਆ, ਜੇ ਆਪਾਂ ਪੈਦਲ ਜਾਣਾ ਹੋਵੇ ਤਾਂ ਇਸ ਰਸਤੇ ਰਾਹੀਂ ਜਾ ਸਕਦੇ ਹਾਂ ਜੀ। ਇਸ ਰਸਤੇ ਦੇ ਵਿੱਚ ਵੀ ਦੁਕਾਨਾਂ ਨੇ, ਸ਼ੋਪਸ ਨੇ, ਝਾੜੂ ਲੈਣਾ ਹੋਵੇ, ਤੇਲ ਲੈਣਾ ਹੋਵੇ, ਲੂਣ ਲੈਣਾ ਹੋਵੇ, ਪ੍ਰਸ਼ਾਦ ਲੈਣਾ ਹੋਵੇ ਆਪਾਂ ਅੰਦਰ ਚੜ੍ਹਾਉਣ ਵਾਸਤੇ ਜੀ, ਇਸ ਜਗ੍ਹਾ ਦੇ ਉੱਤੋਂ ਵੀ ਪ੍ਰਸ਼ਾਦ ਮਿਲ ਜਾਂਦਾ ਆ ਜੀ। ਇਹ ਆ ਜੀ ਪੈਦਲ ਰਸਤਾ। ਇਹ ਤਸਵੀਰਾਂ ਨੇ ਦੁਕਾਨ ਦੇ ਵਿੱਚ ਆਪਾਂ ਘਰੇ ਲਾਉਣ ਲਈ ਲੈਣੀਆਂ ਹਨ ਫੋਟੋਆਂ, ਉਹ ਲੈ ਸਕਦੇ ਹਾਂ ਜੀ ਇਸ ਜਗ੍ਹਾ ਦੇ ਉੱਤੋਂ। ਇਹ ਆ ਜੀ ਮੇਨ ਗੇਟ ਅੰਦਰ ਜਾਣ ਵਾਸਤੇ ਦਰਗਾਹ ਦੇ, ਜੋੜੇ ਬਾਹਰ ਰੱਖ ਕੇ ਫਿਰ ਆਪਾਂ ਅੰਦਰ ਦਰਸ਼ਨ ਨੂੰ ਜਾ ਸਕਦੇ ਹਾਂ ਜੀ। ਦੂਸਰੇ ਪਾਸੇ ਬਣਿਆ ਹੋਇਆ ਹੈ ਜੀ ਜੋੜਾ ਘਰ, ਜਿੱਥੇ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ, ਅਤੇ ਨਾਲ ਹੀ ਬਣੀ ਹੋਈ ਹੈ ਪਾਰਕਿੰਗ। ਤੁਸੀਂ ਦੇਖ ਸਕਦੇ ਹੋ ਸੰਗਤਾਂ ਨੇ ਆਪਣੀਆਂ ਕਾਰਾਂ, ਮੋਟਰਸਾਈਕਲ, ਸਕੂਟੀ ਪਾਰਕਿੰਗ ਕੀਤੀ ਹੋਈ ਹੈ ਇਸ ਪਾਰਕਿੰਗ ਦੇ ਵਿੱਚ ਜੀ। ਕਾਫੀ ਵੱਡੀ ਪਾਰਕਿੰਗ ਬਣੀ ਹੋਈ ਹੈ। ਪਾਰਕਿੰਗ ਦੇ ਨਾਲ ਹੀ ਕੁਝ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਜਿੱਥੋਂ ਆਪਾਂ ਪ੍ਰਸ਼ਾਦ ਅਤੇ ਹੋਰ ਸਮਾਨ ਲੈ ਸਕਦੇ ਹਾਂ। ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ। ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰੇਕ ਵੀਡੀਓ ਨੋਟੀਫਿਕੇਸ਼ਨ ਜਦੋਂ ਵੀ ਅਸੀਂ ਅਪਲੋਡ ਕਰੀਏ ਤਾਂ ਉਸਦੀ ਮਿਲ ਸਕੇ ਜੀ। ਇਸ ਜਗ੍ਹਾ ਆਪਾਂ ਆਪਣੇ ਹੱਥ ਪੈਰ ਚੰਗੀ ਤਰ੍ਹਾਂ ਧੋ ਕੇ ਜੀ ਫਿਰ ਦਰਸ਼ਨਾਂ ਨੂੰ ਅੰਦਰ ਜਾ ਸਕਦੇ ਹਾਂ ਜੀ। ਇਹ ਆ ਜਗ੍ਹਾ ਬਾਬਾ ਬੁੱਢਣ ਸ਼ਾਹ ਜੀ ਦੀ। ਇਤਿਹਾਸ ਅਨੁਸਾਰ ਜੀ ਕਿਹਾ ਜਾਂਦਾ ਆ ਵੀ ਪੀਰ ਬਾਬਾ ਬੁੱਢਣ ਸ਼ਾਹ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜੀ ਦੁੱਧ ਪੀਣ ਲਈ ਦਿੱਤਾ ਸੀ। ਪਾਤਸ਼ਾਹ ਜੀ ਨੇ ਕਿਹਾ ਸੀ ਵੀ ਅਸੀਂ ਇਸ ਸਮੇਂ ਦੁੱਧ ਨਹੀਂ ਪੀ ਸਕਦੇ, ਛੇਵੇਂ ਜਾਮੇ ਵਿੱਚ ਆਵਾਂਗੇ ਫਿਰ ਇਸ ਦੁੱਧ ਨੂੰ ਛਕਾਂਗੇ ਜੀ। ਪੀਰ ਬਾਬਾ ਬੁੱਢਣ ਸ਼ਾਹ ਜੀ ਨੇ ਉਸ ਦੁੱਧ ਨੂੰ ਜੀ ਆਪਣੇ ਧੂਣੇ ਦੇ ਵਿੱਚ ਸੰਭਾਲ ਕੇ ਰੱਖ ਦਿੱਤਾ ਸੀ ਜੀ, ਅਤੇ ਛੇਵੇਂ ਪਾਤਸ਼ਾਹ ਧੰਨ ਗੁਰੂ
ਹਰਗੋਬਿੰਦ ਪਾਤਸ਼ਾਹ ਜੀ ਜਦੋਂ ਇਸ ਸਥਾਨ ਦੇ ਉੱਤੇ ਆਏ ਨੇ ਜੀ, ਤਾਂ ਪਾਤਸ਼ਾਹ ਨੇ ਆ ਕੇ ਪੀਰ ਬਾਬਾ ਬੁੱਢਣ ਸ਼ਾਹ ਜੀ ਨੂੰ ਕਿਹਾ ਜੀ ਵੀ ਸਾਡੀ ਅਮਾਨਤ ਲਿਆਓ ਕਿੱਥੇ ਆ। ਤਾਂ ਪੀਰ ਬਾਬਾ ਬੁੱਢਣ ਸ਼ਾਹ ਜੀ ਨੇ ਮੰਗ ਕੀਤੀ ਜੀ ਵੀ ਤੁਸੀਂ ਉਸੇ ਰੂਪ ਦੇ ਵਿੱਚ ਆਵੋ ਜਿਸ ਰੂਪ ਦੇ ਵਿੱਚ ਮੈਨੂੰ ਦਰਸ਼ਨ ਦਿੱਤੇ ਸੀ। ਤਾਂ ਕਿਹਾ ਜਾਂਦਾ ਜੀ ਇਤਿਹਾਸ ਅਨੁਸਾਰ ਵੀ ਛੇਵੇਂ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀ ਰੂਪ ਧਾਰਿਆ ਜੀ, ਅਤੇ ਪੀਰ ਬਾਬਾ ਬੁੱਢਣ ਸ਼ਾਹ ਜੀ ਨੇ ਉਸੇ ਧੂਣੇ ਦੇ ਵਿੱਚੋਂ ਜੀ ਉਹ ਉਸ ਦੁੱਧ ਨੂੰ ਜੋ ਕਿ 121 ਸਾਲ ਤੋਂ ਉਸ ਧੂਣੇ ਵਿੱਚ ਦੱਬਿਆ ਹੋਇਆ ਸੀ ਜੀ, ਉਸ ਦੁੱਧ ਨੂੰ ਕੱਢਿਆ ਜੀ। ਕੱਚਾ ਦੁੱਧ ਦੱਬਿਆ ਸੀ ਅਤੇ ਕੱਚੇ ਦਾ ਕੱਚਾ ਦੁੱਧ ਹੀ ਉਸ ਦੇ ਵਿੱਚੋਂ ਉਸੇ ਤਰ੍ਹਾਂ ਨਿਕਲਿਆ ਜੀ, ਅਤੇ ਛੇਵੇਂ ਪਾਤਸ਼ਾਹ ਨੇ ਉਸ ਦੁੱਧ ਨੂੰ ਛਕਿਆ ਸੀ ਜੀ। ਇਹ ਇਤਿਹਾਸਕ ਜਗ੍ਹਾ ਆ ਜੀ, ਛੇਵੇਂ ਪਾਤਸ਼ਾਹ ਦੇ ਚਰਨ ਪਏ ਨੇ ਇਸ ਜਗ੍ਹਾ ਦੇ ਉੱਤੇ ਜੀ, ਪੂਜਣਯੋਗ ਥਾਂ ਆ ਜੀ ਇਹ। ਹਜ਼ਾਰਾਂ ਲੱਖਾਂ ਸੰਗਤਾਂ ਇਸ ਸਥਾਨ ਦੇ ਉੱਤੇ ਹਰ ਰੋਜ਼ ਆਉਂਦੀਆਂ ਨੇ, ਨਤਮਸਤਕ ਹੁੰਦੀਆਂ ਨੇ ਜੀ, ਆਪਣੀਆਂ ਮਨੋਕਾਮਨਾਵਾਂ ਮੰਗਦੀਆਂ ਨੇ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਸਾਥੀ ਨੇ ਹੁਣੇ ਹੀ ਜਿਹੜਾ ਬਾਬੇ ਦੇ ਦਰਸ਼ਨ ਕੀਤੇ ਹਨ, ਇਹ ਅਰਦਾਸ ਸਾਈਂ ਬਾਬਾ ਪਾਤਸ਼ਾਹ ਜੀ ਹੈ। ਬਾਬਾ ਜੀ ਇੱਥੇ ਛੋਟੀ ਉਮਰ ਵਿੱਚ ਆਏ, ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਉਸ ਸਮੇਂ ਤੇ ਬੈਠ ਕੇ ਬਾਬਾ ਜੀ ਨੇ 775 ਸਾਲ ਮਾਰਾ ਦਾ ਨਾਮ ਜਪੇ, ਨਾਮ ਜਪੇ ਨੂੰ ਤਿਰਮਤਰੀਆਂ ਛੇ ਸਤਾਇਆ ਚੀਜ਼ਾਂ ਕਿਧਰ ਕੋਲੋਂ ਪ੍ਰਾਪਤ ਹੁੰਦੀਆਂ। ਬਾਬਾ ਜੀ ਨੇ ਇਹ ਪੁੱਛ ਰਹੀਆਂ 775 ਵਰਸ ਲਵੇਰੀਆਂ ਰਹੀਆਂ, ਇਹਨਾਂ ਬੱਕਰੀਆਂ ਦਾ ਦੁੱਧ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਛਕਣ ਲਈ ਭੇਟਾ ਹੋਇਆ। ਪਾਤਸ਼ਾਹ ਨੇ ਫਰਮਾਇਆ ਸਾਂਝੀ ਤੁਹਾਡਾ ਦੁੱਧ ਪ੍ਰਵਾਨ ਹੈ, ਅਸੀਂ ਹੁਣ ਨਹੀਂ ਛਕਣਾ, ਇਸ ਨੂੰ ਸਾਡੀ ਅਮਾਨਤ ਰੱਖ ਲਓ, ਅਸੀਂ ਛੇਵੇਂ ਜਾਮੇ ਵਿੱਚ ਆ ਕੇ ਛਕਾਂ। ਸਾਂਝੀ ਨੇ ਉਹ ਦੁੱਧ ਆਪਣੇ ਧੂਣੇ ਵਿੱਚ ਦਬਾ ਕੇ ਰੱਖ ਲਏ ਤੇ ਆਪ ਛੇਵੇਂ ਜਾਮੇ ਦੀ ਉਡੀਕ ਕਰ ਲਏ। ਛੇਵੇਂ ਜਾਮੇ ਵਿੱਚ ਛੇਵੇਂ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਪਿਛਲੇ ਸਥਾਨ ਤੇ ਸਾਂਝੀ ਤੁਰ ਪਹੁੰਚੇ। ਸਾਂਝੀ ਨੂੰ ਕਹਿਣ ਲੱਗੇ ਬਾਬਾ ਜੀ ਸਾਡੀ ਰੱਖੀ ਹੋਈ ਅਮਾਨਤ ਦਿਓ। ਸਾਂਝੀ ਨੇ ਉਹੀ ਦੁੱਧ ਆਪਣੇ ਧੂਣੇ ਵਿੱਚੋਂ 121 ਸਾਲ ਬਾਅਦ ਕੱਢਿਆ, ਜਿਵੇਂ ਕੱਚਾ ਰੱਖਿਆ ਸੀ, ਕੱਚੇ ਦਾ ਹੀ ਕੱਚਾ ਨਿਕਲਿਆ। ਸਤਨਾਮ ਉਹ ਦੁੱਧ ਛੇਵੇਂ ਪਾਤਸ਼ਾਹ ਨੇ ਛਕਿਆ, ਬਾਬਾ ਬੁੱਢਣ ਸ਼ਾਹ ਨੇ ਛਕਾਇਆ, ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰੂਪ ਧਾਰ ਕੇ ਦੁੱਧ ਛਕਿਆ। ਆਪਾਂ ਸਭ ਨੇ ਮਿਲ ਕੇ ਜੀ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਦੇ ਦਰਸ਼ਨ ਕਰ ਲਏ ਹਨ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਆਪਣੇ ਦੋਸਤਾਂ ਨਾਲ, ਰਿਸ਼ਤੇਦਾਰਾਂ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ। ਜੇਕਰ ਤੁਹਾਡਾ ਕੋਈ ਕੁਐਸਚਨ ਹੋਵੇ ਜਾਂ ਫਿਰ ਕੋਈ ਸੁਜੈਸ਼ਨ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਜੀ। ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਪਲੇਸ 'ਤੇ। ਤਦ ਤੱਕ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।